ਧੂਰੀ ਦੇ ਪ੍ਰਾਈਵੇਟ ਸਕੂਲ 'ਚ ਇੱਕ ਬੇਹੱਦ ਹੀ ਦਿਲ ਦਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 4 ਸਾਲ ਦੀ ਬੱਚੀ ਨਾਲ ਸਕੂਲ ਦੇ ਬੱਸ ਕੰਡਕਟਰ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਅਤੇ ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ ਸਕੂਲ ਵਿੱਚ ਪੇਰੈਂਟਸ ਟੀਚਰ ਮੀਟ ਚੱਲ ਰਹੀ ਸੀ। ਇਸ ਘਿਨੌਣੀ ਹਰਕਤ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਕਾਫ਼ੀ ਗੁੱਸਾ ਵੇਖਣ ਨੂੰ ਮਿਲ ਰਿਹਾ। ਉਹਨਾਂ ਨੇ ਸਾਰੇ ਬਾਜ਼ਾਰਾਂ ਨੂੰ ਬੰਦ ਕਰਕੇ ਸਕੂਲ 'ਤੇ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਦੇ ਬੰਦੇ ਦੀ ਮਰੇਡੀ ਹੁੰਦੀ ਤਾਂ ਹੁਣ ਤੱਕ ਉਹਨੂੰ ਮਾਰ ਮਾਰ ਕੇ ਪੁਲਿਸ ਨੇ ਵੱਢ ਦਿੱਤਾ ਹੁੰਦਾ। ਇਹ ਆਮ ਪਬਲਿਕ ਦੀ ਬੇਟੀ ਹੈ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ। ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਬੱਚੀ ਦੀ ਮਾਂ ਦੀ ਕੀ ਹਾਲਤ ਹੈ। ਉੱਥੇ ਹੀ ਸਾਰੀਆਂ ਮਹਿਲਾਵਾਂ ਨੇ ਮੁਲਜ਼ਮ ਖਿਲਾਫ਼ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਅਤੇ ਸਕੂਲ ਨੂੰ ਵੀ ਬੰਦ ਕਰਨ ਦੀ ਅਪੀਲ ਕੀਤੀ ਹੈ। ਮੈਂ ਆਪਣੀ ਬੱਚੀ ਦੇ ਲਈ ਇਨਸਾਫ਼ ਮੰਗ ਰਹੀ ਹਾਂ। ਮੇਰੇ ਬੱਚੇ ਨਾਲ ਜਿਹੜਾ ਕੁਛ ਹੋਇਆ ਉਸਦੇ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇ, ਵੀ ਹੋ ਚੁੱਕੇ ਨੇ। ਸਾਡੇ ਵੀ ਬੱਚੇ ਨੇ, ਮੇਰੀ ਗੁੜੀਆ ਨਾਲ ਖੇਡ ਰਹੀ ਸੀ ਇਹਨਾਂ ਦੇ, ਜਦੋਂ ਉਹਨਾਂ ਨੇ ਕਿਹਾ ਵੀ ਇਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ। ਇਹ ਸਕੂਲ ਵਾਲੇ ਹਰ ਇੱਕ ਵਾਰੀ ਆਪਣੀ ਚ ਪਾ ਲੈਂਦੇ ਨੇ ਗੱਲ ਨੂੰ, ਦੱਬ ਲੈਂਦੇ ਨੇ ਅੱਗੇ, ਪੇਰੈਂਟਸ ਨੂੰ ਨਹੀਂ ਅੱਗੇ ਆਉਣ ਦਿੰਦੇ। ਅਸੀਂ ਇਸ ਵਾਰ ਪਿੱਛੇ ਨਹੀਂ ਹਟਣਾ ਹੈਗਾ। ਬੰਦੇ ਨੂੰ ਫਾਂਸੀ ਦੀ ਸਜ਼ਾ ਸਖ਼ਤ ਕਰਵਾਈ, ਕੋਈ ਆਪਣੀ ਧੂਰੀ ਦੇ ਵਿੱਚ ਇਹੋ ਜਿਹੀ ਗੱਲ ਕਰਨਾ ਤਾਂ ਕੀ ਸੋਚਣ ਵਾਸਤੇ ਸੋਚ ਵੀ ਨਾ ਸਕੇ, ਮਜਬੂਰ ਹੋਵੇ ਵੀ ਸੋਚਣਾ ਵੀ ਕਿਵੇਂ ਆ, ਸਾਡੀ ਇਹ ਮੰਗ ਹੱਥ ਜੋੜ ਕੇ। ਉੱਥੇ ਡਾਕਟਰ ਨੇ ਦੱਸਿਆ ਕਿ ਉਹਨਾਂ ਨੇ ਬੱਚੀ ਦਾ ਚੈੱਕਅਪ ਕਰ ਲਿਆ ਤੇ ਸੈਂਪਲ ਜਾਂਚ ਲਈ ਭੇਜ ਦਿੱਤੇ ਨੇ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਹਾਂਜੀ, ਮੈਂ ਬੱਚਾ ਚੈੱਕ ਕਰ ਲਿਆ, ਜੋ ਪੂਰਾ ਐਗਜ਼ਾਮੀਨੇਸ਼ਨ ਕਰ ਲਿਆ, ਹਿਸਟਰੀ ਲੈ ਲਈ ਉਹਦੀ ਮਦਰ ਤੋਂ, ਤਾਂ ਚੈੱਕ ਕਰਕੇ ਅਸੀਂ ਸੈਂਪਲਸ ਲੈ ਲਏ ਵਿੱਚੋਂ, ਤਾਂ ਉਹ ਕੈਮੀਕਲ ਐਗਜ਼ਾਮੀਨੇਸ਼ਨ ਵਾਸਤੇ ਭੇਜ ਰਹੇ ਹਾਂ ਐਗਜ਼ਾਮੀਨਰ ਕੋਲ ਖਰੜ ਮੋਹਾਲੀ। ਦੂਜੇ ਪਾਸੇ ਸ਼ਹਿਰ ਵਾਸੀਆਂ ਦੇ ਭੜਕ ਰਹੇ ਗੁੱਸੇ ਦਾ ਪੁਲਿਸ ਅਧਿਕਾਰੀਆਂ ਨੇ ਕੀ ਜਵਾਬ ਦਿੱਤਾ, ਤੁਸੀਂ ਖੁਦ ਹੀ ਸੁਣ ਲਵੋ। ਬੱਚੀ ਨਾਲ ਦੁਸ਼ਕਰਮ ਹੋਇਆ, ਅੱਗੇ ਅੱਗੇ ਕਰਕੇ ਬਿਆਨ 'ਤੇ ਇਹ ਪਰਚਾ ਕਰਤਾ ਨਾਲ ਦੀ ਨਾਲ। ਜਿਹੜੇ ਬੰਦੇ ਦੇ ਸ਼ੱਕ ਸੀ ਉਹ ਬੰਦਾ ਅਸੀਂ ਇੱਕ ਵਾਰੀ ਫੜ ਕੇ ਲਿਆਂਦਾ, ਉਹ ਤੋਂ ਪੁੱਛਗਿੱਛ ਕੀਤੀ, ਪੁੱਛਗਿੱਛ ਦੇ ਵਿੱਚ ਹੁਣੇ 5 ਮਿੰਟ ਪਹਿਲਾਂ ਉਹ ਇਹ ਗੱਲ ਮੰਨ ਗਏ। ਠੀਕ ਹੈ ਜੀ, ਆਪਾਂ ਚਾਹੁੰਦੇ ਕੀ ਸੀਗੇ ਕਿ ਜਿਹੜੀ ਬੱਚੀ ਹੈ, ਬੱਚੀ ਦੇ ਨਾਲ ਜਿਹਨੇ ਦੁਸ਼ਕਰਮ ਕੀਤਾ ਉਹ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਉਹ ਅਸੀਂ ਸਖ਼ਤ ਤੋਂ ਸਖ਼ਤ ਪਰਚਾ ਦਿੱਤਾ, ਬੰਦਾ ਫੜ ਲਿਆ, 4 ਘੰਟੇ ਹੋਏ ਨੇ, 4 ਘੰਟਿਆਂ ਦੇ ਵਿੱਚ ਬੰਦਾ ਫੜ ਕੇ ਉਹਦੇ 'ਤੇ ਪਰਚਾ ਦੇ ਦਿੱਤਾ, ਠੀਕ ਹੈ ਜੀ, ਅਰੈਸਟਡ ਹੈ। ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਮੈਨੇਜਮੈਂਟ ਹੈ ਸਕੂਲ ਦੀ, ਉਹਦੇ 'ਤੇ ਕੀ ਕਰਦੇ ਹੋ, ਪਰਚੇ ਦੇ ਵਿੱਚ ਮੈਨੇਜਮੈਂਟ ਵੀ ਪਾਈ ਹੈ। ਠੀਕ ਹੈ, ਪਰਚੇ ਦੇ ਵਿੱਚ ਮੈਨੇਜਮੈਂਟ ਵੀ ਪਾਈ ਹੈ, ਕਿਉਂਕਿ ਮੈਨੇਜਮੈਂਟ ਦੀ ਨੈਗਲੀਜੈਂਸ ਹੈ ਕਿ ਜੇ ਉਹ ਜ਼ਿੰਮੇਵਾਰ ਮਾਂ ਪਿਓ ਘਰ ਦੇ ਵਿੱਚੋਂ ਜੇ ਆਪਦਾ ਬੱਚਾ ਭੇਜਦਾ ਤਾਂ ਸਕੂਲ ਦੇ ਵਿੱਚ ਉਹ ਵੀ ਜ਼ਿੰਮੇਵਾਰ ਨੇ, ਉਹਨਾਂ ਦੀ ਜ਼ਿੰਮੇਵਾਰੀ ਕਿੱਥੇ ਹੈ ਉਹ ਵਿੱਚ ਫਿਕਸ ਕਰਾਈ। ਉਹ ਪਰਚੇ 'ਚ ਦਿੱਤਾ ਜਿੰਨੀ ਪਬਲਿਕ ਬੈਠੀ ਉਰੇ, ਜਿੰਨੇ ਤੁਸੀਂ ਹੈਗੇ, ਠੀਕ ਹੈ, ਮੈਨੂੰ ਪਤਾ ਕਿੰਨਾ ਸੈਂਸਿਟਿਵ ਮੈਟਰ ਹੈ, ਜਿਵੇਂ ਬੱਚੀ ਦੇ ਕਰਕੇ ਜਿਵੇਂ ਤੁਹਾਡਾ ਦਿਲ ਹਲੂਣਿਆ ਪਿਆ, ਮੇਰਾ ਵੀ ਹਲੂਣਿਆ ਪਿਆ, ਸਭ ਦਾ ਹਲੂਣਿਆ ਪਿਆ। ਇਸ ਟਾਈਮ ਦੇ ਉੱਤੇ ਮੈਨੇਜਮੈਂਟ ਉਰੇ ਲਿਆਉਣੀ, ਠੀਕ ਹੈ, ਉਹ ਤੁਹਾਨੂੰ ਪਤਾ ਹੀ ਹੈ ਭੀੜ ਹੈ ਜਿਹੜੀ, ਉਹ ਵੈਸੀ ਬੇਕਾਬੂ ਹੋਈ ਪਈ ਹੈ, ਉਹ ਤਾਂ ਜਿਹੜੀ ਪੁਲਿਸ ਪਿਛਲੇ 4 ਘੰਟੇ ਤੋਂ ਲਗਾਤਾਰ ਅੱਡੀਆਂ 'ਤੇ ਹੋਈ ਪਈ ਹੈ, ਪੂਰੀ ਕਾਰਵਾਈ ਕਰੀ, ਸਾਰੇ ਜ਼ਿਲ੍ਹੇ ਦੀ ਪੁਲਿਸ ਲੱਗੀ ਪਈ ਹੈ, 2 SP ਸਾਹਿਬ ਸਾਡੇ ਖੜ੍ਹੇ ਨੇ ਉਰੇ, ਠੀਕ ਹੈ ਜੀ, ਮੈਂ ਖੜ੍ਹਾ, ਮੇਰੀ ਸਾਰੀ ਫੋਰਸ ਖੜ੍ਹੀ ਹੈ ਆਪਦੀ ਸਬ ਡਿਵੀਜ਼ਨ ਦੀ, ਉਹਨਾਂ ਦੀ ਗੱਲ ਨਹੀਂ ਸੁਣ ਰਹੇ, ਤਾਂ ਉਹ ਮੈਨੇਜਮੈਂਟ ਨੂੰ ਆਪਾਂ ਉਰੇ ਲਿਆਉਣਾ ਸੇਫ ਨਹੀਂ ਹੈ, ਉਹਨੂੰ ਅਸੀਂ ਪੇਸ਼ ਕਰਾਂਗੇ, ਉਹਨੂੰ ਕੋਰਟ 'ਚ ਪੇਸ਼ ਕਰਾਂਗੇ, ਉਰੇ ਤੁਹਾਡੇ ਕੋਲ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਕਰਕੇ ਸਭ ਕੁਝ ਅਸੀਂ ਸਾਰਾ ਨਰੇਟ ਵੀ ਕਰਦੇ। ਹੁਣ ਸਿਰਫ ਇੰਨੀ ਕੁ ਤੁਹਾਨੂੰ ਦਰਖਾਸਤ ਹੈ, ਸਾਡੀ ਰਿਕੁਐਸਟ ਹੈ, ਕਿਉਂਕਿ ਅਸੀਂ ਪਬਲਿਕ ਸਰਵੈਂਟ ਹਾਂ, ਲੋਕਾਂ ਦੇ ਕੰਮ ਦੇ ਲਈ ਖੜ੍ਹੇ ਹਾਂ,
ਜੇ ਤੁਸੀਂ ਮੈਨੂੰ ਕਿਸੇ ਗੱਲ ਤੋਂ ਮੈਨੂੰ ਪਤਾ ਲੱਗਿਆ ਕਿ ਲੋਕ ਮੇਰੇ ਨਾਲ ਨਾਰਾਜ਼ ਹੋ ਗਏ ਕਿ ਡਿਪਟੀ ਸਾਹਿਬ ਜੀ ਗੁੱਸੇ 'ਚ ਗਏ ਨੇ, ਗੁੱਸੇ 'ਚ ਮੈਂ ਤਾਂ ਗਿਆ ਸੀਗਾ ਕਿ ਉਹ ਬੱਚੀ ਜੇ ਉਹਦੇ ਨਾਲ ਕੁਛ ਹੋਇਆ ਮੈਨੂੰ ਵੀ ਉਨਾ ਹੀ ਸੇਕ ਹੈ ਜਿੰਨਾ ਤੁਹਾਨੂੰ ਹੈ। ਮੈਨੂੰ ਸਿਰਫ ਇੰਨਾ ਸੀਗਾ ਕਿ ਮੈਂ ਸਿਰਫ ਤੁਹਾਨੂੰ ਜਵਾਬ ਦੇਣ ਤੱਕ ਨਾ ਸੀਮਿਤ ਰਹਾ, ਮੈਂ ਕੁਛ ਕਾਰਵਾਈ ਕਰਕੇ ਦਿਖਾਵਾਂ। ਜੇ ਮੈਂ ਤੁਹਾਨੂੰ ਜਵਾਬ ਦੇ ਕੇ ਚਲਾ ਗਿਆ ਉਹ ਅਸੀਂ ਅਗਲੇ 4 ਘੰਟੇ ਦੇ ਵਿੱਚ ਤੁਹਾਨੂੰ ਜਵਾਬ ਦੇਣ ਤੋਂ 1.5 ਘੰਟੇ ਦੇ ਵਿੱਚ ਬੰਦਾ ਮਨਾ ਲਿਆ ਗਿਆ। ਲਗਾਤਾਰ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਤਾਂ ਇਹੀ ਲੱਗਦਾ ਕਿ ਵਾਕਈ ਇਸ ਦੇਸ਼ ਵਿੱਚ ਕੁੜੀ ਬਣ ਕੇ ਪੈਦਾ ਹੋਣਾ ਪਾਪ ਹੈ, ਕਿਉਂਕਿ ਪਤਾ ਨਹੀਂ ਕਿਹੜਾ ਦਰਿੰਦਾ ਕਦੋਂ ਕਿੱਥੋਂ ਨਿਕਲ ਕੇ ਬੱਚਿਆਂ ਨੂੰ ਆਪਣੀ ਹਵਸ ਦੀ ਅੱਗ ਬੁਝਾਉਣ ਲਈ ਦਬੋਚ ਲੈਂਦਾ ਹੈ ਅਤੇ ਸਾਰੀ ਉਮਰ ਦਾ ਦਰਦ ਝੇਲਣਾ ਪੈਂਦਾ ਹੈ ਪੀੜਤ ਪਰਿਵਾਰ ਨੂੰ। ਧੂਰੀ ਤੋਂ ਦਵਿੰਦਰ ਖੀਪਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੰਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563।